ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਸਾਡੀ ਕਦੇ ਵੀ ਪਾਰਟੀ ਦੇ ਵਿੱਚ ਵਿਚਾਰ ਚਰਚਾ ਨਹੀਂ ਹੋਈ। ਹਰਦੀਪ ਸਿੰਘ ਡੀਪੀ ਢਿੱਲੋਂ ਆਪਣੇ ਨਿੱਜੀ ਮੁਫਾਦਾਂ ਦੇ ਲਈ ਆਮ ਆਦਮੀ ਪਾਰਟੀ ਦੇ ਵਿੱਚ ਗਏ। ਚਲੋ ਜੀ, ਉਹਨਾਂ ਧੰਨਵਾਦ, ਅੱਛਾ ਸਿਲਾ ਦਿੱਤਾ ਮੈਨੂੰ 36 ਸਾਲ ਦੀ ਸੇਵਾ ਦਾ। ਮੇਰਾ ਨਿੱਜੀ ਕੀ ਮਤਲਬ ਆ ਜੀ, ਦੱਸੋ ਕੀ ਲੈ ਲਿਆ ਮੈਂ ਨਿੱਜੀ। ਜਿਮਣੀ ਚੋਣਾਂ ਬਾਕੀ ਥੋੜ੍ਹਾ ਸਮਾਂ ਰਹਿੰਦਾ ਹੈ, ਇੱਕ ਪਾਸੇ ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ ਨੇ ਤੁਹਾਡੇ ਕੋਲ ਅਪਰੋਚ ਕੀਤੀ ਸੀ? ਹਾਂਜੀ, ਉੱਪਰੋਂ ਕੀਤੀ ਸੀ ਜੀ, ਪਰ ਇੱਛਾ ਨਹੀਂ ਸੀ ਕਾਂਗਰਸ 'ਚ ਜਾਣ ਦੀ ਜੀ। ਕਾਰਨ ਪਤਾ ਨਹੀਂ, ਇੱਕ ਦਿਲ ਲਾਈਕ ਜਿਹਾ ਨਹੀਂ ਕਰਦਾ ਹੈ ਕਾਂਗਰਸ ਨੂੰ, ਪਤਾ ਨਹੀਂ ਕਿਉਂ, ਮੈਨੂੰ ਵੀ ਨਹੀਂ ਪਤਾ ਕਿਉਂ। ਜਦੋਂ ਤੁਹਾਡੀ ਵੀਡੀਓ ਪੈਂਦੀ ਹੈ ਤੁਹਾਨੂੰ ਉਸ ਤੋਂ ਬਾਅਦ ਦੇ ਵਿੱਚ ਸੁਖਬੀਰ ਬਾਦਲ ਦਾ ਫੋਨ ਆਉਂਦਾ? ਹਾਂਜੀ ਆਇਆ, ਪਰ ਮੈਂ ਫੋਨ ਨਹੀਂ ਚੱਕਿਆ ਜੀ, ਜੀ ਨਹੀਂ ਕੀਤਾ ਚੱਕਣ ਨੂੰ। ਨਸ਼ਾ ਫੈਲਿਆ ਔਰ ਜ਼ਿੰਮੇਵਾਰ ਕਿਹਨੂੰ ਮੰਨਦੇ? ਨੋ ਕਮੈਂਟਸ, ਕਿੱਥੋਂ ਆਇਆ, ਕਿਵੇਂ ਹੋਇਆ। ਮੈਂ ਐਵੇਂ ਤੁਹਾਨੂੰ ਕਹਾਂ ਜੀ, ਅਕਾਲੀ ਦਲ ਨੇ ਫਲਾਤਾ ਜਾਂ ਕਾਂਗਰਸ ਨੇ ਫਲਾਤਾ ਜੀ, ਪਤਾ ਹੀ ਨਹੀਂ ਇਹ ਕਿਵੇਂ ਹੌਲੀ 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 ਕਰ ਗਿਆ। ਆਮ ਆਦਮੀ ਪਾਰਟੀ ਦਾ 2.5 ਸਾਲ ਤੋਂ ਪਲੱਸ ਦਾ ਕਾਰਜਕਾਲ ਪੰਜਾਬ ਦੀ ਸੱਤਾ ਦੇ ਉੱਪਰ ਰਿਹਾ, ਵਿਰੋਧੀ ਧਿਰ ਸਵਾਲ ਚੁੱਕਦੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਉੱਪਰ, ਨਸ਼ੇ ਨੂੰ ਲੈ ਕੇ, ਚਾਹੇ ਉਹ ਗੈਂਗਵਾਰਾਂ ਨੂੰ ਲੈ ਕੇ ਜਾਂ ਇੰਪਲੋਇਮੈਂਟ ਨੂੰ ਲੈ ਕੇ, ਤੁਹਾਨੂੰ ਕਿੱਦਾਂ ਦਾ ਆਮ ਆਦਮੀ ਪਾਰਟੀ ਦਾ 2.5 ਸਾਲ ਦਾ ਕਾਰਜਕਾਲ ਲੱਗਿਆ ਹੁਣ ਤੱਕ? ਨਸ਼ਿਆਂ ਨੂੰ ਲੈ ਕੇ ਦੇਖੋ, ਟਰਾਈ ਤਾਂ ਬਹੁਤ ਕਰ ਰਹੇ ਆ ਸਾਰੇ ਅਫਸਰ ਸਾਹਿਬਾਨ ਵੀ, ਮਾਨ ਸਾਹਿਬ ਵੀ ਜੀ, ਆਪਦੀ ਵਾਹ ਤਾਂ ਪੂਰੀ ਲਾ ਰਹੇ ਆ, ਬਟ ਇਹ ਫੈਲ ਹੀ ਇੰਨਾ ਚੁੱਕਿਆ ਵੀ ਇਟ ਵਿਲ ਟੇਕ ਸਮ ਟਾਈਮ, ਥੋੜ੍ਹਾ ਟਾਈਮ ਲੱਗੂਗਾ ਇਹਨੂੰ ਸਾਰੇ ਕਾਸੇ ਨੂੰ ਕੰਟਰੋਲ ਕਰਨ। ਸਤਿ ਸ਼੍ਰੀ ਅਕਾਲ, R19 ਨਿਊਜ਼ TV ਦੇਖ ਰਹੇ ਹੋ ਤੁਸੀਂ, ਮੈਂ ਸਿਮਰਨਜੀਤ ਸਿੰਘ ਸਦਾਣਾ। ਬਠਿੰਡੇ ਦੀ ਸਿਆਸਤ ਨੇ ਹਮੇਸ਼ਾ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਅਤੇ ਇੱਕ ਵਾਰ ਫਿਰ ਗਿੱਦੜਬਾਹਾ ਦੇ ਵਿੱਚ ਸਿਆਸੀ ਤੌਰ 'ਤੇ ਹਲਚਲ ਹੋਈ ਆ। ਸਾਡੇ ਨਾਲ ਮੌਜੂਦ ਨੇ ਹਰਦੀਪ ਸਿੰਘ ਡੀਪੀ ਢਿੱਲੋਂ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਰ, ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਭ ਠੀਕ ਠਾਕ? ਬਿਲਕੁਲ ਜੀ, ਬਿਲਕੁਲ ਠੀਕ। ਤਾਜ਼ੇ ਤਾਜ਼ੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ, ਤੁਹਾਡੀਆਂ ਵੀਡੀਓ ਗੱਲ ਕਰ ਲਈ ਆਪਾਂ, ਮੈਂ ਅਗਲੀ ਵੀਡੀਓ ਤੁਸੀਂ ਕਹਿੰਦੇ ਸੀ ਕਿ ਮੈਂ ਜੋ ਕੁਝ ਵੀ ਹਾਂ ਹੁਣ ਤੱਕ ਸੁਖਬੀਰ ਸਿੰਘ ਬਾਦਲ ਕਰਕੇ ਹੈ। ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਕਿ ਅਸੀਂ ਸਾਡੀ ਮਨਪ੍ਰੀਤ ਬਾਦਲ ਦੇ ਨਾਲ ਟਿਕਟ ਨੂੰ ਲੈ ਕੇ ਜਾਂ ਗਿੱਦੜਬਾਹਾ ਨੂੰ ਲੈ ਕੇ ਕਦੇ ਵੀ ਚਰਚਾ ਨਹੀਂ ਹੋਈ ਪਾਰਟੀ ਦੇ ਵਿੱਚ। ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਸਾਡੀ ਕਦੇ ਵੀ ਪਾਰਟੀ ਦੇ ਵਿੱਚ ਵਿਚਾਰ ਚਰਚਾ ਨਹੀਂ ਹੋਈ। ਹਰਦੀਪ ਸਿੰਘ ਡੀਪੀ ਢਿੱਲੋਂ ਆਪਣੇ ਨਿੱਜੀ ਮੁਫਾਦਾਂ ਦੇ ਲਈ ਆਮ ਆਦਮੀ ਪਾਰਟੀ ਦੇ ਵਿੱਚ ਗਏ। ਚਲੋ ਜੀ, ਉਹਨਾਂ ਧੰਨਵਾਦ, ਅੱਛਾ ਸਿਲਾ ਦਿੱਤਾ ਮੈਨੂੰ 36 ਸਾਲ ਦੀ ਸੇਵਾ ਦਾ। ਮੇਰਾ ਨਿੱਜੀ ਕੀ ਮਤਲਬ ਆ ਜੀ, ਦੱਸੋ ਕੀ ਲੈ ਲਿਆ ਮੈਂ ਨਿੱਜੀ ਜੀ, ਕੀ ਲੈ ਲਿਆ ਮੈਂ ਨਿੱਜੀ ਜੀ ਜੀ। ਹਲਕੇ ਦੀ ਸੇਵਾ ਕਰਕੇ ਗਿਆ ਜੀ, ਕੋਈ ਮੇਰਾ ਕੋਈ 1% ਵੀ ਮੈਨੂੰ ਕੋਈ ਨਿੱਜੀ ਲਾਲਚ ਨਹੀਂ ਗਾ ਜੀ ਜੀ। ਹਲਕੇ ਦੀ ਸੇਵਾ ਕਰੂੰਗਾ ਜੀ, ਪਹਿਲਾਂ ਵੀ ਹਲਕੇ ਦੀ ਸੇਵਾ ਹੀ ਕੀਤੀ ਹੈ ਜੀ, ਪਹਿਲਾਂ ਵੀ ਹਲਕੇ ਦੀ ਸੇਵਾ ਹੀ ਕੀਤੀ ਹੈ, ਹੁਣ ਵੀ ਇਹੀ ਇੱਛਾ ਵੀ ਹੁਣ ਵੀ ਸੇਵਾ ਹੀ ਕਰੂੰਗਾ। ਢਿੱਲੋਂ ਸਾਹਿਬ, ਕਿਤੇ ਨਾ ਕਿਤੇ ਗਿਲਾ ਹੈ ਮਨ ਦੇ ਵਿੱਚ? ਬਹੁਤ ਵੱਡਾ ਜੀ, ਬਹੁਤ ਵੱਡਾ, ਬਹੁਤ ਦੁੱਖ ਹੀ ਲੱਗਦਾ, ਗਿਲਾ ਵੀ ਬਹੁਤ ਵੱਡਾ। ਕਿਹੜੀਆਂ ਗੱਲਾਂ ਹੁੰਦੀਆਂ ਗਿਲਾ ਮਨ ਦੇ ਵਿੱਚ? ਮੈਂ ਜੀ, ਪਾਰਟੀ ਛੱਡਣੀ ਬੜੀ ਔਖੀ ਹੁੰਦੀ ਜੀ, ਕਹਿਣਾ ਬਹੁਤ ਸੌਖਾ, ਇੰਨਾ ਲੰਮਾ ਤੁਹਾਡਾ ਸੰਬੰਧ ਹੋਵੇ ਕਿਸੇ ਪਾਰਟੀ ਨਾਲ ਤਾਂ ਫਿਰ ਤੁਸੀਂ ਇੱਕਦਮ ਛੱਡ ਦਿਓ, ਔਖਾ ਲੱਗਦਾ ਬਹੁਤ ਜੀ। ਜਿਮਣੀ ਚੋਣਾਂ ਬਾਕੀ ਥੋੜ੍ਹਾ ਸਮਾਂ ਰਹਿੰਦਾ ਹੈ, ਇੱਕ ਪਾਸੇ ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ ਨੇ ਤੁਹਾਡੇ ਕੋਲ ਅਪਰੋਚ ਕੀਤੀ ਸੀ? ਹਾਂਜੀ, ਉੱਪਰੋਂ ਕੀਤੀ ਸੀ ਜੀ, ਪਰ ਇੱਛਾ ਨਹੀਂ ਸੀ ਕਾਂਗਰਸ 'ਚ ਜਾਣ ਦੀ ਜੀ। ਕਾਰਨ
ਪਤਾ ਨਹੀਂ ਇੱਕ ਦਿਲ ਲਾਈਕ ਜਾਂ ਨਹੀਂ ਕਰਦਾ ਹੈ ਕਾਂਗਰਸ ਨੂੰ, ਪਤਾ ਨਹੀਂ ਕਿਉਂ, ਮੈਨੂੰ ਵੀ ਨਹੀਂ ਪਤਾ ਕਿਉਂ ਜੀ। ਫਿਰ ਤਾਂ ਹੀ ਇਸ ਪਾਸੇ ਨੂੰ ਹੋ ਗਏ ਜੀ। ਜੀ, ਆਮ ਆਦਮੀ ਪਾਰਟੀ ਦਾ 2.5 ਸਾਲ ਤੋਂ ਪਲੱਸ ਦਾ ਕਾਰਜਕਾਲ ਪੰਜਾਬ ਦੀ ਸੱਤਾ ਦੇ ਉੱਪਰ ਰਿਹਾ, ਵਿਰੋਧੀ ਧਿਰ ਸਵਾਲ ਚੁੱਕਦੇ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਉੱਪਰ, ਨਸ਼ੇ ਨੂੰ ਲੈ ਕੇ, ਚਾਹੇ ਉਹ ਗੈਂਗਵਾਰਾਂ ਨੂੰ ਲੈ ਕੇ ਜਾਂ ਇੰਪਲੋਇਮੈਂਟ ਨੂੰ ਲੈ ਕੇ, ਤੁਹਾਨੂੰ ਕਿੱਦਾਂ ਦਾ ਆਮ ਆਦਮੀ ਪਾਰਟੀ ਦਾ 2.5 ਸਾਲ ਦਾ ਕਾਰਜਕਾਲ ਲੱਗਿਆ ਹੁਣ ਤੱਕ? ਨਸ਼ਿਆਂ ਨੂੰ ਲੈ ਕੇ ਦੇਖੋ ਟਰਾਈ ਤਾਂ ਬਹੁਤ ਕਰ ਰਹੇ ਆ ਸਾਰੇ ਅਫਸਰ ਸਾਹਿਬਾਨ ਵੀ, ਮਾਨ ਸਾਹਿਬ ਵੀ ਜੀ, ਆਪਦੀ ਵਾਹ ਤਾਂ ਪੂਰੀ ਲਾ ਰਹੇ ਆ, ਬਟ ਇਹ ਫੈਲ ਹੀ ਇੰਨਾ ਚੁੱਕਿਆ ਵੀ ਇਟ ਵਿਲ ਟੇਕ ਸਮ ਟਾਈਮ, ਥੋੜ੍ਹਾ ਟਾਈਮ ਲੱਗੂ ਇਹਨੂੰ ਸਾਰੇ ਕਾਸੇ ਨੂੰ ਕੰਟਰੋਲ ਕਰੋ। ਨਸ਼ਾ ਫੈਲਿਆ ਔਰ ਜ਼ਿੰਮੇਵਾਰ ਕਿਹਨੂੰ ਮੰਨ ਲਓ? ਨੋ ਕਮੈਂਟਸ, ਕਿੱਥੋਂ ਆਇਆ, ਕਿਵੇਂ ਹੋਇਆ, ਮੈਂ ਐਵੇਂ ਤੁਹਾਨੂੰ ਕਹਾਂ ਜੀ, ਅਕਾਲੀ ਦਲ ਨੇ ਫਲਾਤਾ ਜਾਂ ਕਾਂਗਰਸ ਨੇ ਫਲਾਤਾ ਜੀ, ਪਤਾ ਹੀ ਨਹੀਂ ਇਹ ਕਿਵੇਂ ਹੌਲੀ 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 ਕਰ ਗਿਆ। ਅਸਲ ਤੁਹਾਨੂੰ ਮੈਂ ਕਹਾਣੀ ਦੱਸਾਂ ਜੀ ਨਸ਼ੇ ਦੀ ਕੀ ਆ ਜੀ। ਦੇਖੋ ਇੱਕ ਦੂਜੇ 'ਤੇ ਆਪਾਂ ਐਲੀਗੇਸ਼ਨ ਲਾਈ ਜਾਂਦੇ ਹਾਂ, ਤੁਹਾਨੂੰ ਮੈਂ ਅਸਲ ਸਟੋਰੀ ਦੱਸਦਾ ਕੀ ਹੈ, ਇਹ ਕਿਉਂ ਇੰਨਾ ਵਧਿਆ ਜੀ। ਇਹ ਨਾ ਜੀ ਆਪਣੇ ਪਹਿਲਾਂ ਠੇਕੇ ਹੁੰਦੇ ਸੀ ਰਾਜਸਥਾਨ 'ਚ ਜੀ, ਪੋਸਟ ਦੇ, ਸ਼ਾਇਦ ਤੁਹਾਡੇ ਧਿਆਨ 'ਚ ਹੋਵੇ ਜੀ। ਪੋਸਟ ਰਾਜਸਥਾਨ 'ਚੋਂ ਬਹੁਤ ਪੰਜਾਬ 'ਚ ਆਉਂਦਾ ਸੀ, ਅਤੇ ਜਿਹੜੇ ਬੰਦੇ ਨੇ ਨਸ਼ਾ ਕਰਨਾ ਉਹ ਗੱਡੀ ਚੱਲੀ ਜਾਂਦੀ ਸੀ ਜੀ, ਪੋਸਟ ਖਾ ਕੇ ਬੰਦਾ ਕੰਮ ਕਰ ਲੈਂਦਾ ਸੀ, ਕੰਮ ਕਰਕੇ ਗੱਡੀ ਚੱਲ ਜਾਂਦੀ ਸੀ ਜੀ। ਉਹ ਕੀ ਹੋਇਆ ਕਿ ਪਿਛਲੇ ਸਮੇਂ ਤੋਂ ਪੋਸਟ ਬਿਲਕੁਲ ਬੰਦ ਹੋ ਗਿਆ ਜੀ, ਰਾਜਸਥਾਨ ਨੇ ਹੀ ਬੰਦ ਕਰਤਾ, ਅੱਗੇ ਠੇਕੇ ਹੁੰਦੇ ਸੀ ਰਾਜਸਥਾਨ 'ਚ, ਉਹ ਬੰਦ ਹੋਣ ਕਰਕੇ ਜਿਹੜੇ ਬੰਦੇ ਨੇ ਕੰਮ ਕਰਨਾ ਉਹ ਹੌਲੀ ਹੌਲੀ ਦੂਜੇ ਨਸ਼ਿਆਂ ਵੰਨੀ ਸਵਿੱਚ ਓਵਰ ਹੋਣ ਲੱਗ ਪਏ ਜੀ। ਕੋਈ ਗੋਲੀਆਂ ਵੰਨੀ ਲੱਗ ਗਿਆ, ਕੋਈ ਸਿੰਥੈਟਿਕ ਨਸ਼ੇ 'ਤੇ ਚੱਲ ਪਿਆ, ਕੋਈ ਕਿਵੇਂ ਕੋਈ ਕਿਵੇਂ, ਕੋਈ ਸ਼ਰਾਬ ਪੀਣ ਲੱਗ ਪਿਆ। ਉਹ ਮੈਨੂੰ ਇਹ ਲੱਗਦਾ ਕਿ ਉਸ ਕਰਕੇ ਜਦੋਂ ਇਹ ਜਿਹੜੇ ਨਸ਼ਿਆਂ ਵਾਲੇ ਹੁੰਦੇ ਆ ਜੀ, ਇਹਨਾਂ ਨੂੰ ਪਤਾ ਲੱਗਿਆ ਵੀ ਇਸ ਪਾਸੇ ਜ਼ਿਆਦਾ ਇਹਦੀ ਡਿਮਾਂਡ ਆ ਜੀ, ਫਿਰ ਸਾਰੇ ਹੀ ਇਸ ਚੱਕਰ 'ਚ ਪੈ ਗਏ, ਇਹ ਐਂ ਵਧਿਆ ਨਸ਼ਾ ਜਿੱਥੋਂ ਤੱਕ ਮੇਰਾ ਖਿਆਲ ਆ। ਮੈਨੂੰ ਆਪਦਾ, ਮਤਲਬ ਕਿ ਇਹ ਪਾਰਟੀ ਦਾ ਬਿਆਨ ਨਹੀਂ, ਇਹ ਮੇਰਾ ਬਿਆਨ ਆ, ਮੇਰਾ ਆਪਦਾ ਅਨੁਮਾਨ ਆ, ਮੇਰਾ ਆਪਦਾ ਅਨੁਮਾਨ ਆ ਵੀ ਇਹ ਇਹ ਇੱਕ ਸਭ ਤੋਂ ਵੱਡਾ ਮੁੱਦਾ ਇਹ ਬਣਿਆ ਜੀ। ਐਵੇਂ ਆਪਾਂ ਕਹਿ ਦਿੰਦੇ ਦੂਜਿਆਂ ਨੂੰ, ਨਹੀਂ ਨਹੀਂ ਸਰ, ਅਕਾਲੀ ਦਲ ਸਾਡੇ ਨਾਲ ਨਹੀਂ, ਨਸ਼ੇ ਵਧਣ ਦਾ ਕਾਰਨ ਜੀ, ਨਸ਼ੇ ਜਿਹੜੇ ਹੁਣ ਸਿੰਥੈਟਿਕ ਜਿਵੇਂ ਚਿੱਟਾ ਕਹਿ ਦਿੰਦੇ ਹਾਂ, ਹੋਰ ਬਹੁਤ ਸਮੈਕ ਕਹਿ ਦਿੰਦੇ, ਇਹ ਇੱਕ ਸਭ ਤੋਂ ਵੱਡਾ ਕਾਰਨ ਬਣਿਆ ਜਿਹੜੀ ਰਾਜਸਥਾਨ ਦੇ ਵਿੱਚ ਪੋਸਟ ਬੰਦ ਹੋ ਗਿਆ। ਅੱਗੇ ਉੱਥੋਂ ਥੋੜ੍ਹਾ ਬਹੁਤ ਲੈ ਆਉਂਦੇ ਸੀ, ਕਿਲੋ 2 ਕਿਲੋ, ਕੋਈ ਰੋਕਦਾ ਨਹੀਂ ਸੀ, ਗੱਡੀ ਚੱਲੀ ਜਾਂਦੀ ਸੀ। ਜਦੋਂ ਤੁਹਾਡੀ ਵੀਡੀਓ ਪੈਂਦੀ ਆ ਤੁਹਾਨੂੰ, ਉਸ ਤੋਂ ਬਾਅਦ ਦੇ ਵਿੱਚ ਸੁਖਬੀਰ ਬਾਦਲ ਦਾ ਫੋਨ ਆਉਂਦਾ? ਹਾਂਜੀ ਆਇਆ, ਪਰ ਮੈਂ ਫੋਨ ਨਹੀਂ ਚੱਕਿਆ ਜੀ, ਨਹੀਂ ਕੀਤਾ ਚੱਕਣ ਨੂੰ। ਬਾਕੀ ਮੈਨੇਜਮੈਂਟ ਨੇ ਤੁਹਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ? ਬਹੁਤ ਕੀਤੀ ਜੀ, ਨਹੀਂ ਕੀਤਾ, ਦਿਲ ਨਹੀਂ ਕੀਤਾ ਜੀ। ਗਿੱਦੜ ਭਾਈ ਨੂੰ ਕਿਵੇਂ ਦੇਖਦੇ ਲੰਬੇ ਸਮੇਂ ਤੋਂ ਜੀ, ਪਿਛਲੇ ਸਾਲਾਂ ਦੀ ਗੱਲ ਕਰ ਲਈ, ਡਿਵੈਲਪਮੈਂਟ ਦੇ ਪੱਖੋਂ ਜਾਂ ਇੱਕ ਪਾਸੇ ਤੁਹਾਡੀ ਟੱਕਰ ਰਾਜੇ ਬਣਿੰਗ ਦੇ ਨਾਲ ਹੁੰਦੀ ਰਹੀ ਹੈ, ਲੱਗਦਾ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੇ ਵਿੱਚ ਇੱਕ ਪਾਸੇ ਰਾਜਾ ਬਣੇ ਕਾਂਗਰਸ ਪਾਰਟੀ, ਦੂਜੇ ਪਾਸੇ ਡੀਪੀ ਢਿੱਲੋਂ ਆਮ ਆਦਮੀ ਪਾਰਟੀ ਹੋਣਗੇ? ਦੇਖੋ ਜੀ, ਕਾਂਗਰਸ ਵੰਨੀ ਕੌਣ ਹੋਊਗਾ ਇਹ ਤਾਂ ਮੈਂ ਕਹਿ ਨਹੀਂ ਸਕਦਾ ਜੀ, ਮੈਨੂੰ ਪ੍ਰੋਮਿਸ ਪਾਰਟੀ ਨੇ ਇਹੀ ਕੀਤੀ ਹੈ ਵੀ ਤੁਹਾਨੂੰ ਟਿਕਟ ਦੇਵਾਂਗੇ ਜੀ, ਆ ਜਾਓ ਸਾਡੇ ਵੰਨੀ, ਮੇਰੀ ਪ੍ਰੋਮਿਸ ਇਹੀ ਹੈ ਪਾਰਟੀ। ਕਮਿਟਮੈਂਟ ਹੋਈ ਪਾਰਟੀ ਦੀ? ਕਮਿਟਮੈਂਟ ਇਹੀ ਹੈ ਜੀ। ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਿਰੋਧ ਕੀਤਾ ਕਿ ਸਾਨੂੰ ਬਾਹਰੋਂ ਲਿਆਉਂਦਾ ਜਿਹੜਾ ਉਮੀਦਵਾਰ ਆ ਉਹ ਸਵੀਕਾਰ ਨਹੀਂ, ਲੱਗਦਾ ਕਿ ਇਹ ਵਿਰੋਧਤਾ ਦਾ ਸਾਹਮਣਾ ਜਿਹੜਾ ਜ਼ਿਮਨੀ ਚੋਣਾਂ ਦੇ ਵਿੱਚ ਕਰਨਾ ਪੈ ਸਕਦਾ ਢਿੱਲੋਂ? ਕੋਈ ਨਹੀਂ ਜੀ, ਬਣਾ ਲਾਂਗੇ। ਦੇਖੋ ਇੱਕ ਵਾਰੀ ਤਾਂ ਗੁੱਸਾ ਆਉਂਦਾ, ਉਹਨਾਂ ਦਾ ਜਾਇਜ਼ ਆ, ਮੈਂ ਤੁਹਾਨੂੰ ਐਵੇਂ ਕਹਾਂ, ਉਹ ਰਾਈਟ ਬਣਦਾ ਉਹਨਾਂ ਦਾ ਗੁੱਸਾ ਕਰਨ ਦਾ, ਠੀਕ ਕੀਤਾ ਉਹਨਾਂ ਨੇ ਗੁੱਸਾ ਜੀ।
ਇਹ ਹੁਣ ਮੇਰੀ ਡਿਊਟੀ ਹੈ ਉਹਨਾਂ ਨੂੰ ਕਿਵੇਂ ਮਿਲਾਉਣਾ ਜੀ, ਕਿਉਂਕਿ ਮੈਂ ਉਹਨਾਂ ਦੇ ਪਿੱਛੇ ਲੱਗ ਕੇ ਚੱਲਣਾ ਜੀ, ਉਹਨਾਂ ਨੇ ਨਹੀਂ ਮੇਰੇ ਲੱਗਣਾ, ਮੈਂ ਜਾਊਂਗਾ ਉਹਨਾਂ ਦੇ ਘਰ ਘਰ ਜਾ ਕੇ ਮਨਾ ਲਾਂਗੇ, ਕੋਈ ਦਿੱਕਤ ਵਾਲੀ ਗੱਲ ਜੀ ਮੰਨ ਜਾਣਗੇ ਜੀ, ਇਲੈਕਸ਼ਨ ਜਿੱਤਣਾ ਤਕੜੇ ਹੋ ਕੇ ਜਿੱਤਾਂਗੇ ਸਾਰੇ ਜਣੇ ਰਲ ਕੇ। ਜਿੱਦਾਂ ਕਿ ਲੋਕਾਂ ਦੇ ਵਿੱਚ ਚਰਚਾ ਜੀ ਕਿ ਪਿਛਲੇ ਸਮੇਂ ਦੇ ਵਿੱਚ ਵੀ ਹੋਈ ਹੁਣ ਵੀ ਹੋਈ ਕਿ ਲੀਡਰਾਂ ਦਾ ਪਾਰਟੀਆਂ ਨੂੰ ਛੱਡਣਾ ਦੂਜੀ ਪਾਰਟੀ ਦੇ ਬੱਚਿਆਂ ਆਪਣੇ ਨਿੱਜੀ ਮਫਾਦਾਂ ਦੇ ਲਈ ਹੁੰਦਾ ਹੈ। ਮੇਰਾ ਨਿੱਜੀ ਕੀ ਹੈ ਜੀ, ਮੈਂ ਬਹੁਤ ਵੈਲ ਟੂ ਡੂ ਹਾਂ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੀ, ਮਾਲਕ ਦੀ ਮੈਂ ਤਾਂ ਛੱਡਤੀ ਸੀ ਜੀ, ਮੈਂ ਤਾਂ ਸਿਆਸਤ ਛੱਡ ਕੇ ਘਰੇ ਬਹਿ ਗਿਆ ਸੀ ਸਰ, ਕੋਈ ਲਾਲਚ ਵਿੱਚ ਨਹੀਂ ਗਿਆ ਪਾਰਟੀ 'ਚ, ਮੈਂ ਤਾਂ ਛੱਡ ਕੇ ਘਰੇ ਬਹਿ ਗਿਆ ਸੀ ਜੀ, ਲੋਕ ਚੱਕ ਕੇ ਲਿਆਇਆ ਮੈਨੂੰ ਵੀ ਨਹੀਂ ਬਾਈ ਐਂ ਕਿਵੇਂ ਤੂੰ ਘਰੇ ਬਹਿ ਜਾਏਗਾ ਯਾਰ ਅੱਗੇ ਲੱਗ ਜੀ, ਮੈਂ ਤਾਂ ਹੱਥ ਬੰਨਦੇ ਸੀ ਵੀ ਛੱਡੋ ਯਾਰ ਬਹੁਤ ਹੋ ਗਿਆ, ਕਦੇ ਉਹਦੀ ਮਿੰਤ ਕਦੇ ਉਹਦੀ ਮਿੰਤ ਜੀ, ਛੱਡਤਾ ਸੀ ਮੈਂ ਤਾਂ ਰੈਜ਼ਿਗਨੇਸ਼ਨ ਦੇ ਕੇ ਸਰ, ਮੈਂ ਆਪਦੇ ਘਰੇ ਬੈਠਾ ਸੀ, ਚਲੋ ਮੈਂ ਆਪਦੇ ਘਰੇ ਬਹਿ ਗਿਆ, ਇਨ ਦਾ ਮੇਨ ਟਾਈਮ ਮੈਂ ਤਾਂ ਜਿਹੜੀ ਪੈਲਸ ਦੇ ਵਿੱਚ ਮੀਟਿੰਗ ਬੁਲਾਈ ਸੀ ਪਿੱਛੇ ਜੇ, ਮੈਂ ਤਾਂ ਉਹ ਮਾਫ਼ੀ ਮੰਗਣ ਵਾਸਤੇ ਬੁਲਾਈ ਸੀ ਵੀ ਜਿੰਨੀ ਸੇਵਾ ਹੋ ਗਈ ਮੇਰੀ ਕਬੂਲ ਕਰਿਓ ਜੀ, ਉਹ ਤਾਂ ਇਨ ਦਾ ਮੇਨ ਟਾਈਮ ਵਿੱਚ ਦੀ ਮਾਨ ਸਾਹਿਬ ਦਾ ਟੈਲੀਫੋਨ ਆ ਗਿਆ, ਉਹ ਕਹਿੰਦੇ ਤੂੰ ਦਿਲ ਨਾ ਛੋਟਾ ਕਰ, ਹੌਸਲਾ ਰੱਖ, ਅਸੀਂ ਹੈਗੇ ਹਾਂ, ਸੰਭਾਲਾਂਗੇ ਤੈਨੂੰ, ਅਤੇ ਚਲੋ ਉਹਨਾਂ ਦਾ ਧੰਨਵਾਦ ਜਿਹੜਾ ਫਿਰ ਸੰਭਾਲਿਆ ਜੀ ਜੀ। ਚਲੋ ਸਰ, ਪੰਜਾਬ ਦੇ ਭਵਿੱਖ ਨੂੰ ਕਿਵੇਂ ਦੇਖਦੇ, ਆਉਣ ਵਾਲਾ ਭਵਿੱਖ ਪੰਜਾਬ ਦਾ ਕਿਵੇਂ ਦਾ ਲੱਗਦਾ ਤੁਹਾਨੂੰ, ਜਿਵੇਂ ਪ੍ਰਵਾਸ ਵੱਡੀ ਪੱਧਰ 'ਤੇ ਹੋ ਰਿਹਾ ਪੰਜਾਬ ਦੀ ਧਰਤੀ ਨੂੰ ਛੱਡ ਕੇ ਨੌਜਵਾਨ ਅਕਸਰ ਜ਼ਿਲ੍ਹਾ ਕਰਦੇ ਆ, ਸੱਤਾਧਾਰੀ ਪਾਰਟੀ ਦੀ ਗੱਲ ਨਹੀਂ, ਅੱਜ ਪਿਛਲੇ ਸਮੇਂ ਦੇ ਵਿੱਚ ਸਰਕਾਰ ਆ ਰਹੀ ਆ ਉਹਨਾਂ ਦੇ ਨਾਲ ਅਕਸਰ ਅਸੀਂ ਗੱਲਬਾਤ ਕਰਦੇ ਨੌਜਵਾਨਾਂ ਦੇ ਨਾਲ, ਕਹਿੰਦੇ ਉੱਦਾਂ ਦਾ ਮਾਹੌਲ ਨਹੀਂ ਬਣ ਪਾਇਆ ਸਰਕਾਰਾਂ ਤੋਂ, ਇਨਵਾਇਰਮੈਂਟ ਉੱਦਾਂ ਦਾ ਨਹੀਂ ਬਣਿਆ ਜਿੰਨਾ ਦਾ ਸਾਨੂੰ ਚਾਹੀਦਾ ਸੀਗਾ, ਸਾਡਾ ਜੀ ਨਹੀਂ ਕਰਦਾ ਪੰਜਾਬ ਨੂੰ ਛੱਡ ਕੇ ਜਾਈਏ, ਇਹ ਸਾਡੀ ਮਜਬੂਰੀ ਬਾਅਦ ਛੱਡਣਾ ਪੈਂਦਾ ਹੁੰਦਾ ਕਿ ਤੁਸੀਂ ਮਾਨਸਾ ਇੰਡਸਟਰੀ ਦੀ ਅਕਸਰ ਗੱਲ ਕਰਦੇ ਹੋ, ਤੁਸੀਂ ਚਾਹੁੰਦੇ ਕਿ ਗਿੱਦੜਵਾਹਾ ਹਲਕੇ ਦੇ ਵਿੱਚ ਵੀ ਇੱਕ ਇੰਡਸਟਰੀ ਆਵੇ, ਬਹੁਤ ਵੱਡੀ ਇੱਛਾ ਜੀ, ਬਹੁਤ ਵੱਡੀ ਇੱਛਾ ਵੀ ਇੱਥੇ ਵੀ ਕੁਛ ਨਾ ਕੁਛ ਆਵੇ, ਔਰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਜੀ ਵੀ ਜੇ ਕੁਛ ਹੱਥ ਪੱਲਾ ਪੈ ਜੇ ਤਾਂ ਮੈਂ ਲੈ ਕੇ ਆਵਾਂ, ਲੋਕਾਂ ਨੂੰ ਰੁਜ਼ਗਾਰ ਮਿਲੇ, ਜਿਹੜੇ ਬੱਚੇ ਬਾਹਰ ਜਾਈ ਜਾਂਦੇ ਇੱਥੇ ਐਡਜਸਟ ਹੋ ਜਾਣ, ਹੈਗੀ ਮੇਰੀ ਕੋਸ਼ਿਸ਼ ਜੀ, ਜੇ ਪਰਮਾਤਮਾ ਨੇ ਸੁਣੀ ਤਾਂ ਜ਼ਰੂਰ ਕੁਛ ਨਾ ਕੁਛ ਲੈ ਕੇ ਆਊਂਗਾ ਜੀ। ਅਟਲ ਸਾਹਿਬ, ਜਿਮਣੀ ਚੋਣ ਜੇਕਰ ਆਪਾਂ ਗੱਲ ਕਰ ਲਈਏ ਤਾਂ ਕਿੱਦਾਂ ਦੀ ਤਿਆਰੀ ਰਹੂਗੀ, ਕੀ ਤੁਹਾਡੇ ਜਿਹੜੇ ਉਹ ਧਿਆਨ ਦੇ ਵਿੱਚ ਮੁੱਦੇ ਹੋਣਗੇ, ਖਾਸ ਕਰਕੇ ਗਿੱਦੜਵਾਹਾ ਨੂੰ ਲੈ ਕੇ? ਮੁੱਦੇ ਤਾਂ ਬਾਈ ਜੀ ਡਿਵੈਲਪਮੈਂਟ ਦੇ ਹੀ ਆ ਸਾਰੇ, ਸਾਡੇ ਸੀਵਰੇ ਦਾ ਬੜਾ ਮਾੜਾ ਹਾਲ ਆ ਜੀ, ਪਾਣੀ ਵਾਟਰਵਰਕਸ ਦਾ ਬੜਾ ਮਾੜਾ ਹਾਲ ਆ ਸਾਰੇ ਜੀ, ਪਿੰਡ 'ਚ ਗਿੱਦੜਵੇ, ਗਿੱਦੜਵੇ ਸ਼ਹਿਰ 'ਚ, ਪਿੰਡਾਂ 'ਚ ਬੜਾ ਮਾੜਾ ਹਾਲ ਆ, ਮੇਨ ਸਮੱਸਿਆ ਸਾਡੀ ਇਹ ਹੈ ਜੀ, ਸਭ ਤੋਂ ਪਹਿਲਾਂ ਤਾਂ ਹੈਲਥ ਆ, ਜੇ ਜੀ ਆ ਤਾਂ ਜਹਾਨ ਆ ਜੀ, ਜੀ ਸਾਡੇ ਜੀ ਹੈ ਨਹੀਂ, ਜੀ ਦਾ ਹੀ ਬਹੁਤ ਮਾੜਾ ਹਾਲ ਆ, ਜਹਾਨ ਤਾਂ ਫਿਰ ਬਾਅਦ ਦੀ ਗੱਲ ਆ ਜੀ, ਬਾਕੀ ਮੁੱਦੇ ਤਾਂ ਬਾਅਦ 'ਚ ਆ ਗਏ, ਜੀ ਬਚਾਉਣੇ ਪੈਣੇ, ਪਹਿਲਾਂ ਤਾਂ ਜੀ ਬਚਾਈਏ ਨਾ ਜੀ, ਫਿਰ ਬਾਕੀ ਤਾਂ ਫਿਰ ਵੇਖਾਂਗੇ ਵੀ ਕੀ ਡਿਵੈਲਪਮੈਂਟ ਕਰਨੀ ਹੈ ਜੀ, ਹਾਂ ਪਹਿਲਾਂ ਤਾਂ ਇਹ ਆ ਸਭ ਤੋਂ ਵੱਡਾ ਮੁੱਦਾ ਜੀ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮੁੱਦੇ ਗਿਣਾ ਰਹੇ ਹੋ, ਉਹ ਗਿੱਦੜਵਾਹਾ, ਖਾਸ ਕਰਕੇ ਗਿੱਦੜਵਾਹਾ ਦੀ ਗੱਲ ਕਰ ਲਈ, ਉਹ ਖਤਮ ਹੋ ਸਕਦੇ? ਪੂਰੀ ਕੋਸ਼ਿਸ਼ ਰਹੂਗੀ ਜੀ, ਪੂਰੀ ਕੋਸ਼ਿਸ਼ ਰਹੂਗੀ ਵੀ ਇਹਨਾਂ ਨੂੰ ਖਤਮ ਕਰੀਏ। ਡਿੰਪੀ ਢਿੱਲੋਂ ਜੋ ਪਿਛਲੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਲਗਭਗ 38 ਸਾਲ ਦਾ ਲੰਮਾ ਸਫ਼ਰ ਅਕਾਲੀ ਦਲ ਦੇ ਨਾਲ ਗੁਜ਼ਰਿਆ, ਇਹਨਾਂ ਦਾ ਇਹਨਾਂ ਨੇ ਮਨ ਦੇ ਨਾਲ ਗਿਲੇ ਸ਼ਿਕਵੇ ਕਹਿ ਕੇ ਹੈਗੇ ਆ, ਉਹ ਮਨ ਦੇ ਵਿੱਚ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਪਾਰਟੀ ਦੇ ਨਾਲ ਸਿਆਸੀ ਪਾਰੀ ਦੀ ਸ਼ੁਰੂਆਤ ਇਹਨਾਂ ਦੀ, ਔਰ ਆਉਣ ਵਾਲੇ ਸਮੇਂ ਦੇ ਵਿੱਚ ਗਿੱਦੜਵਾਹਾ ਦੇ ਵਿੱਚ ਕੀ ਹੁੰਦਾ ਇਹ ਸਾਹਮਣੇ ਦੱਸ ਦੇਣਾ। ਜੁੜੇ ਰਹੋ R19 ਨਿਊਜ਼ TV ਦੇ ਨਾਲ, ਮੈਂ ਸਿਮਰਨਜੀਤ ਸਿੰਘ ਸਦਾਣਾ, ਧੰਨਵਾਦ।